ਬਸਤੀ ਦੁੱਲਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਸਾਨੂੰ ਬਲਦੇਵ ਸਿੰਘ ਵਾਸੀ ਕਮਾਲਾ ਪਿੰਡੂ ਅਤੇ ਸਤਨਾਮ ਸਿੰਘ ਦਾ ਜਿਹੜਾ ਹੈ ਬਖਸੀਸ ਸਿੰਘ ਬਚਿੱਤਰ ਸਿੰਘ ਸਾਨੂੰ ਸੁਰਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹਦੇ ਸੰਬੰਧ ਦੇ ਵਿੱਚ ਅਸੀਂ ਜੋ ਵਧਾਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਖ ਤੁਰੰਤ ਜਿਹੜੀ ਆ। ਬੜੀ ਮਾੜੀ ਇੱਕ ਤਾਂ ਜਿਹੜੀ ਬੰਦੇ ਦੀ ਸਾਲਾਂ ਨੇ ਬਣਾਈ ਮੇਰੀ ਉਹ ਚੜੇਗੀ ਦੂਜੇ ਬੰਨੇ ਸਿਰ 'ਤੇ ਕਤਲ ਪੈ ਗਿਆ। ਰਾਤ ਜਿਹੜਾ ਫਿਰੋਜ਼ਪੁਰ ਦੇ ਥਾਣਾ ਮੱਲਾਂ ਵਾਲੇ ਦੇ ਅੰਤਰਗਤ ਪੈਂਦੇ ਪਿੰਡ ਬਸਤੀ ਦੁੱਲਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਸਾਨੂੰ ਬਲਦੇਵ ਸਿੰਘ ਵਾਸੀ ਕਮਾਲਾ ਪਿੰਡੂ ਅਤੇ ਸਤਨਾਮ ਸਿੰਘ ਦਾ ਜਿਹੜਾ ਹੈ ਬਖਸੀਸ ਸਿੰਘ ਬਚਿੱਤਰ ਸਿੰਘ ਸਾਨੂੰ ਸੁਰਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹਦੇ ਸੰਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਖ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕਰ ਰਹੇ। ਕੀ ਵਜ੍ਹਾ ਰਹੀ ਮਦਈ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ 'ਤੇ ਕੋਈ ਮਤਲਬ ਨਜਾਇਜ਼ ਸੰਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ, ਬਾਕੀ ਲਿਖਾਉਣ ਤੋਂ ਪਤਾ ਲੱਗੂਗਾ ਕੀ ਹੈ। ਸਰ ਇਹ ਕਤਲ ਕਿਸ ਚੀਜ਼ ਨਾਲ ਹੋਇਆ ਜੀ? 315 ਬੋਰ ਦੀ ਰਾਈਫਲ ਦੇ ਨਾਲ ਫਾਇਰ ਮਾਰ ਕੇ ਕਤਲ।